ਖਬਰ ਆ ਰਹੀ ਹੈ ਮੋਗਾ ਤੋਂ ਜਿੱਥੇ ਇਨਕਮ ਟੈਕਸ ਵਿਭਾਗ ਨੇ ਮੋਗਾ ਦੇ ਬਲਦੇਵ ਕੰਪਲੈਕਸ ਵਿੱਚ ਛਾਪੜਾ ਸਕੂਲ ਯੂਨੀਫਾਰਮ ਨਾਂ ਦੇ ਸ਼ੋਰੂਮ ਵਿੱਚ ਛਾਪਾ ਮਾਰਿਆ ਜਿੱਥੇ ਵਿਭਾਗ ਦੇ ਹੱਥ ਬਹੁਤ ਸਾਰੀਆਂ ਕੱਚੀਆਂ ਪਰਚੀਆਂ ਲੱਗੀਆਂ ਕਈ ਘੰਟੇ ਚੱਲੀ ਜਾਂਚ ਤੋਂ ਬਾਅਦ ਉਕਤ ਦੁਕਾਨਦਾਰ ਵੱਲੋਂ ਕੀਤਾ ਗਿਆ 50 ਲੱਖ ਦਾ ਘੁਟਾਲਾ ਸਾਹਮਣੇ ਆਇਆ ਜਿਸ ਤੇ ਵਿਭਾਗ ਨੇ ਉਕਤ ਦੁਕਾਨਦਾਰ ਨੂੰ 15 ਲੱਖ ਰੁਪਏ ਦਾ ਟੈਕਸ ਅਦਾ ਕਰਨ ਦੇ ਹੁਕਮ ਜਾਰੀ ਕੀਤੇ ਨੇ ਸ੍ਰੀ ਅਵਦੇਸ਼ ਕੁਮਾਰ ਮਿਸ਼ਰਾ ਜੀ ਪ੍ਰਿੰਸੀਪਲ ਕਮਿਸ਼ਨਰ ਆਫ ਇਨਕਮ ਟੈਕਸ ਜੀ ਦੀ ਹਦਾਇਤਾਂ ਦੇ ਮੁਤਾਬਕ ਸ਼੍ਰੀ ਅਨਿਲ ਧੀਰ ਜੁਆਇੰਟ ਕਮਿਸ਼ਨਰ ਆਫ ਇਨਕਮ ਟੈਕਸ ਜੀ ਦੀ ਅਗਵਾਈ ਹੇਠ ਮੋਗਾ ਵਿਖੇ ਛਾਵੜਾ ਸਿਲੈਕਸ਼ਨ ਸੈਂਟਰ ਜੋ ਕਿ ਸਕੂਲ ਦੇ ਬੱਚਿਆਂ ਦੀ ਡਰੈਸ ਸਪਲਾਈ ਦਾ ਕੰਮ ਕਰਦੀ ਹੈ ਉਹਨਾਂ ਦੇ ਬਿਜ਼ਨਸ ਪਰਮੈਸਿਸ ਉੱਤੇ ਇਨਕਮ ਟੈਕਸ ਐਕਟ ਦੀ ਧਾਰਾ 131A ਦੇ ਤਹਿਤ ਕਾਰਵਾਈ ਕੀਤੀ ਗਈ ਇਸ ਕਾਰਵਾਈ ਦੇ ਦਰਮਿਆਨ ਕੁਝ ਡਿਸਕਰਪੈਂਸੀ ਦਾ ਪਤਾ ਚੱਲਿਆ ਜਿਨ੍ਹਾਂ ਦੇ ਮੱਦੇਨਜ਼ਰ ਇਹਨਾਂ ਨੇ ਅਸੈਸਮੈਂਟ ਈਅਰ 2019-20 ਲਈ 50 ਲੱਖ ਐਡੀਸ਼ਨਲ ਇਨਕਮ ਡਿਕਲੇਅਰ ਕੀਤੀ